ਫਿਰੋਜ਼ਪੁਰ ਦੇ ਕਸਬਾ ਮਮਦੋਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਗਰਾਊਂਡ 'ਚ ਜਿਉਂਦਾ ਬੰਬ ਮਿਲਿਆ, ਜਿਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਬੰਬ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇਸ ਦੀ ਸੂਚਨਾ ਫੌਜ ਨੂੰ ਦਿੱਤੀ। ਦੱਸ ਦਈਏ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ 11ਵੀਂ ਪਾਸੇ ਦੀਆਂ ਕਲਾਸਾਂ ਲਗਾਉਣ ਲਈ ਸਕੂਲ ਖੋਲ੍ਹੇ ਜਾ ਚੁੱਕੇ ਹਨ। ਜਿਸ ਦੇ ਚੱਲਦੇ ਪੁਲਿਸ ਮਾਰਚ ਵਿੱਚ ਵਿਦਿਆਰਥੀਆਂ ਪੜ੍ਹਨ ਲਈ ਆ ਰਹੀਆਂ ਸਨ ਅਤੇ ਸਕੂਲ ਵਿੱਚੋਂ ਜਿਉਂਦਾ ਬੰਬ ਮਿਲਣ ਕਰਕੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਉੱਥੇ ਜਾਣਕਾਰੀ ਦਿੰਦਿਆਂ ਸਕੂਲ ਚੌਕੀਦਾਰ ਕਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਗਰਾਊਂਡ ਵਿੱਚ ਭਰਤ ਪੈ ਰਹੀ ਹੈ, ਜਿਸ ਕਾਰਨ ਇਹ ਭਰਤ ਪੈ ਰਹੀ ਮਿੱਟੀ ਦੇ ਵਿੱਚ ਹੀ ਸਕੂਲ ਵਿੱਚ ਆਇਆ ਹੈ। ਚੌਕੀਦਾਰ ਨੇ ਦੱਸਿਆ ਕਿ ਉਹ ਗਰਾਊਂਡ ਵਿੱਚ ਪਈ ਮਿੱਟੀ 'ਚੋਂ ਬੰਬ ਦੀ ਨੋਕ ਨੂੰ ਦੇਖ ਰਹੇ ਸਨ। ਜਦੋਂ ਵੀ ਉਹਨਾਂ ਨੇ ਖੋਲ ਜਾ ਕੇ ਦੇਖਿਆ ਤਾਂ ਉਹਨਾਂ ਨੂੰ ਬੰਬ ਦੇ ਹੋਣ ਦੀ ਸੰਭਾਵਨਾ ਲੱਗੀ। ਤੁਹਾਡਾ ਇਹ ਕਿਹੜਾ ਸਕੂਲ ਹੈ? ਇਹ ਕੁੜੀਆਂ ਸਕੂਲ ਹੈ। ਮੇਰੇ ਨਾਂ ਕੱਕੜ ਸਿੰਘ ਹੈ, ਮੈਂ ਚੌਕੀਦਾਰ ਇੱਥੋਂ ਦਾ। ਇਹ ਕਿਵੇਂ ਮਿਲਿਆ ਬੰਬ? ਇਹ ਮਿਲਿਆ ਜੀ, ਅਸੀਂ ਇੱਥੋਂ ਪੌਦੇ ਲਗਾਉਂਦੇ ਆਏ ਅਤੇ ਇੱਥੇ ਹੱਥ ਐਂਡ ਹੋਏ। ਇੱਥੋਂ ਜਿਹੀ ਛੁੱਟੀ ਜਾ ਰਹੇ ਸੀ ਖਾਣਾ ਖਾਣ, ਉਦੋਂ ਬਾਅਦ ਦੇਖਿਆ ਵੀ ਇੱਥੇ ਆ ਕੀ ਲੋਹਾ ਜਿਹਾ ਪਿਆ, ਥੋੜ੍ਹਾ ਜਿਹਾ ਮੀਂਹ ਦੇ ਨਾਲ ਚਿਲਕਿਆ ਅਤੇ ਅਸੀਂ ਆ ਕੇ ਚਲੋ ਹੋ ਰਹੇ ਤਾਂ ਲੋਹਾ ਕੱਢ ਲਈਏ। ਉਹ ਮੈਂ ਕਸੀਆ ਮਾਰਾ ਅਤੇ ਉਹ ਤਾਂ ਬੰਬ ਨਿਕਲਿਆ ਵੱਡਾ ਸਾਰਾ। ਅਤੇ ਫਿਰ ਤੁਸੀਂ ਅਧਿਕਾਰੀਆਂ ਨੂੰ ਸੂਚਿਤ ਕੀਤਾ? ਫਿਰ ਅਧਿਕਾਰੀਆਂ ਨੂੰ ਕਿਹਾ, ਉਹ ਫਿਰ ਸਾਰੇ ਇੱਥੇ ਦੇਖਦੇ ਨੇ ਵੀ ਬੰਬ ਹੀ ਹੈ। ਕੋਈ ਆ ਕੇ ਬੋਤਲ ਹੈ, ਮਰੀਜ਼ ਹੈਗੀ ਸੀ ਅਤੇ ਮੈਂ ਕਿਹਾ ਨਹੀਂ, ਮੈਨੂੰ ਤਾਂ ਬੰਬ ਲੱਗਦਾ ਅਤੇ ਭਾਰਾ ਵਜਨ ਅਤੇ ਡਰ ਦਾ ਮਾਹੌਲ ਬਣਿਆ ਹੋਇਆ। ਹੁਣ ਤਾਂ ਡਰ ਦਾ ਹੀ ਹੈ ਵੀ ਅਸੀਂ ਕੋਈ ਕਹਿੰਦੇ ਸੀ ਵੀ ਖਤਮ ਹੋਇਆ ਪਿਆ, ਇਹਦਾ ਕੋਈ ਡਰ ਨਹੀਂ, ਕੋਈ ਕਿਵੇਂ ਕਹਿੰਦਾ ਸੀ, ਪਰ ਇਹ ਹੁਣ ਜਿਹੜੇ ਤੁਸੀਂ ਇੱਥੋਂ ਆਏ ਨੇ ਉਹਦੇ ਬਹੁਤ ਖਤਰਨਾਕ। ਇਹ ਜਿੰਦਾ ਬੰਬ ਹੈ? ਇੰਨੇ ਇਹਦੇ ਬਾਰੇ ਨਹੀਂ ਪਤਾ ਸਰ ਵੀ ਸਹੀ ਹੈ ਕਿ ਚੱਲਿਆ ਵਾ, ਕਿ ਲੱਗਦਾ ਹੈ ਵੇਖਣ ਵਜੇ ਨਹੀਂ ਚੱਲਿਆ ਚੱਲਣ ਵਾਲਾ। ਪੁਰਾਣਾ ਜੰਗ ਲੱਗਿਆ ਹੋਇਆ? ਇਹ ਪੁਰਾਣਾ ਪੁਰਾਣਾ ਜੰਗਾਲਿਆ ਪਿਆ। ਇਹ ਬੈਗ ਦੇ ਵਿੱਚ ਸੀਗਾ? ਬੈਗ ਵਿੱਚ ਹੀ, ਬੈਗ ਫਟ ਕੇ ਅਤੇ ਅਸੀਂ ਬਾਹਰ ਇਸ ਵਿੱਚ ਟੋਏ ਵਿੱਚ ਕੱਢ ਲਿਆ ਅਤੇ ਬੈਗ ਵਿੱਚੇ ਰਹਿ ਗਿਆ। ਉਦੋਂ ਬਾਅਦ ਮੈਂ ਚਲਾ ਗਿਆ ਅਤੇ ਇੱਥੇ ਹੋਰ ਆਏ ਨੇ, ਉਹਨਾਂ ਬੈਗ ਵੀ ਵਿੱਚੋਂ ਕੱਢ ਲਿਆ। ਨਾਮ ਕੀ ਹੈ? ਮੇਰੇ ਨਾਂ ਕੱਕੜ ਸਿੰਘ। ਠੀਕ। ਅਤੇ ਇੱਥੇ ਬੰਬ ਮਿਲਿਆ ਹੈਗਾ? ਬੰਬ ਸੈੱਲ ਮਿਲਿਆ ਜੀ, ਸਾਰੇ ਸੈੱਲ ਹੈਗਾ। ਇਹ ਆਰਮੀ ਨੂੰ ਪਤਾ ਜੋ ਹੈ, ਸਾਨੂੰ ਪੂਰੀ ਜਾਣਕਾਰੀ ਨਹੀਂ, ਜਾਂ BSF ਜਾਂ ਆਰਮੀ ਨੂੰ ਪਤਾ ਜੀ। ਅੱਛਾ। ਅਤੇ ਇਹ ਜੰਗਾਲਿਆ ਹੋਇਆ? ਇਹ ਜੰਗਾਲਿਆ ਹੈ ਪੂਰਾ ਜੀ। ਅਤੇ ਇਹ ਖੁਦਾਈ ਦੇ ਵਿੱਚ ਮਿਲਿਆ ਕੀ ਕਿਵੇਂ ਮਿਲਿਆ ਹੈਗਾ ਇਸ ਸਕੂਲ? ਖੁਦਾਈ 'ਚ ਮਿਲਿਆ, ਪਿੱਛੋਂ ਮਿੱਟੀ ਆਈ ਜੀ ਇੱਥੇ। ਅੱਛਾ ਜੀ। ਅਤੇ ਮਿੱਟੀ ਜੋ ਜਵਾਇਆ ਇੱਥੇ। ਅੱਛਾ। ਸਟਾਫ ਦੇ ਮੁਤਾਬਕ, ਦੱਸਣ ਮੁਤਾਬਕ ਇੱਥੇ ਮਿੱਟੀ 'ਤੇ ਇੱਥੇ ਕੰਮ ਚੱਲਦਾ ਰਿਹਾ 2-3 ਦਿਨ ਇੱਥੇ, ਅਤੇ ਉਹ ਮਿੱਟੀ ਇੱਥੇ ਪਰਾਈ ਹੋਈ ਅਤੇ ਪਰਾਈ ਦੇ ਵਿੱਚ ਹੀ ਆ ਰਿਹਾ ਮਿੱਟੀ ਦੀ। ਅੱਛਾ। ਹਾਂਜੀ। ਅਤੇ ਹੁਣ ਕੀ ਅੱਗੇ ਕਾਰਵਾਈ ਫਰਦਰ ਤੁਸੀਂ ਕਰ ਰਹੇ ਹੈਗੇ ਹੋ? ਇਹ ਅੱਗੇ ਸੀਨੀਅਰ ਅਫਸਰਾਂ ਜਾਣਕਾਰੀ ਦੇਤੀ ਹੈ, ਆਰਮੀ ਦੇ ਅਫਸਰਾਂ ਦੇਤੀ, ਆਰਮੀ ਦੇ ਕਰਨਗੇ ਜੋ ਕਾਰਵਾਈ ਕਰਦੇ, ਡਿਸਪੋਜ ਕਰਦੇ ਆ, ਜੋ ਕਰਦੇ ਆ ਉਹ ਹੀ ਕਰ ਸਕਦੇ ਆ ਜੀ। ਤੁਸੀਂ ਅਧਿਕਾਰੀਆਂ ਨੂੰ ਕਰਦਾ ਹੁਣ ਗੱਟੇ ਲਵਾ ਰਹੇ ਹੈਗੇ? ਹਾਂ, ਗੱਟੇ ਲਵਾ ਰਹੇ ਜੀ। ਕੀ ਨਾਮ ਹੈ ਤੁਹਾਡਾ? ਹਰਬੰਸ ਸਿੰਘ ਏ ਸੀ ਸਰ।